ਭਗਵੰਤ ਸਿੰਘ ਮਾਨ ਇਹ ਚੀਫ ਮਿਨਿਸਟਰ ਥੋੜਾ ਇਹ ਤੇ ਪ੍ਰੋਕਸੀ ਸੀਐਮ ਅਸਲ ਸੀਐਮ ਤੇ ਕੇਜਰੀਵਾਲ ਦੇਖੋ ਉੱਥੇ ਲਿਆ ਕੇ ਇਹਨਾਂ ਨੇ ਆਪਣਾ ਬੌਸ ਬਿਠਾ ਦਿੱਤਾ ਉਹ ਜਿਹੜਾ ਮਨੀਸ਼ ਸਿਸੋਦੀਆ ਸੀ ਸਿਸੋਦੀਆ ਇੱਥੇ ਕੀ ਕਰਨ ਆਇਆ ਸੀ ਪੱਗ ਦੀ ਇੱਜ਼ਤ ਕਦਰ ਕਰਨਾ ਉਹ ਇਹ ਜਮਾਤ ਨੂੰ ਪਤਾ ਹੀ ਨਹੀਂ ਸੀ ਆਪਣੀ ਪੱਗ ਤੇ ਇਹਨਾਂ ਨੇ ਦੂਜਿਆਂ ਦੇ ਹੱਥ 'ਚ ਫੜਾਈ ਹੈ। ਲੋਕ ਤੇ 5 ਸਾਲ ਸਰਕਾਰਾਂ ਚੱਲਦੇ ਇਹਨਾਂ ਕੋਲ ਤੇ 3 ਮਹੀਨੇ ਨਹੀਂ ਨਿਕਲਣੀਆਂ। ਚੀਫ ਮਿਨਿਸਟਰ ਵੇਖੋ ਦਿੱਲੀ ਤੋਂ ਚੱਲਣ ਵਾਲੀਆਂ ਸਰਕਾਰਾਂ ਕਿੰਨਾ ਚਿਰ ਚੱਲਣਗੀਆਂ। ਇਹ ਜਿਹੜਾ ਭਗਵੰਤ ਸਿੰਘ ਮਾਨ ਇਹ ਚੀਫ ਮਿਨਿਸਟਰ ਥੋੜਾ ਜੀ ਇਹ ਤੇ ਪ੍ਰੋਕਸੀ ਸੀਐਮ ਅਸਲ ਸੀਐਮ ਤੇ ਕੇਜਰੀਵਾਲ ਨੇ ਅੱਜ ਵੀ ਵੇਖੋ ਉੱਥੇ ਲਿਆ ਕੇ ਇਹਨਾਂ ਨੇ ਆਪਣਾ ਬੌਸ ਬਿਠਾ ਦਿੱਤਾ ਉਹ ਜਿਹੜਾ ਮਨੀਸ਼ ਸਿਸੋਦੀਆ ਸੀ ਸਿਸੋਦੀਆ ਇੱਥੇ ਕੀ ਕਰਨ ਆਇਆ ਸੀ ਜੀ ਤੁਸੀਂ ਮੈਨੂੰ ਇਹ ਦੱਸੋ ਸਿਸੋਦੀਆ ਦਾ ਇੱਥੇ ਰੋਲ ਕੀ ਸੀ ਆਪਣੀ ਇੱਜ਼ਤ ਮਾਨ ਮਰਿਆਦਾ ਜਿਹੜੀ ਹੈ ਅਸੀਂ ਆਪ ਆਪਣੀ ਪਗੜੀ ਨਹੀਂ ਸੰਭਾਲ ਸਕਦੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਪੱਗ ਤੇ ਤੁਸੀਂ ਆਪਣੀ ਫੋਟੋ ਤੇ ਰੋਜ਼ ਉਗਾਉਂਦੇ ਹੋ ਪਗੜੀ ਸੰਭਾਲ ਜੱਟਾ ਉਹਨੇ ਮੂਵਮੈਂਟ ਚਲਾਈ ਸੀ ਉਸ ਪੱਗ ਦੀ ਇੱਜ਼ਤ ਕਦਰ ਕਰਨਾ ਉਹ ਇਹ ਜਮਾਤ ਨੂੰ ਪਤਾ ਹੀ ਨਹੀਂ ਸੀ ਆਪਣੀ ਪੱਗ ਤੇ ਇਹਨਾਂ ਨੇ ਦੂਜਿਆਂ ਦੇ ਹੱਥ 'ਚ ਫੜਾਈ ਹੈ। ਬਾਜਾ ਸਾਹਿਬ ਕਾਂਗਰਸ ਦੀ ਪ੍ਰਦਰਸ਼ਨ ਨੂੰ ਸੰਗਰੂਰ 'ਚ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਦੇ ਤੁਸੀਂ ਕਾਂਗਰਸ ਨੂੰ ਅਜੇ ਥੋੜੇ ਚਿਰ ਵਾਸਤੇ ਛੱਡੋ ਜਿਹੜੇ ਰਾਜ ਕਰ ਰਹੇ ਆਪਾਂ ਉਹਨਾਂ ਨੂੰ ਵੇਖ ਲੇਕਿਨ ਬਾਜਾ ਸਾਹਿਬ ਰਾਜ ਕਰ ਰਹੇ ਨੇ ਪਹਿਲੇ ਉਹਨਾਂ ਦੇ ਪ੍ਰਦਰਸ਼ਨ ਵੀ ਕਿ ਅਸੀਂ ਆਪਣਾ ਪ੍ਰਦਰਸ਼ਨ ਠੀਕ ਕਰਨਾ ਬਾਜਾ ਸਾਹਿਬ ਇਹ ਕਿਹਾ ਜਾ ਰਿਹਾ ਕਿ 5-7 ਮਹੀਨੇ ਥੋੜਾ ਜਿਹਾ ਦੋ ਹੱਥ ਇਹਨਾਂ ਨਾਲ ਸਾਨੂੰ ਹੋ ਲੈਣ ਦਿਓ ਸਾਡਾ ਪ੍ਰਦਰਸ਼ਨ ਵਧੀਆ ਹੋਏਗਾ ਅਸੀਂ ਕੋਈ ਪਹਿਲੀ ਵਾਰ ਨਹੀਂ ਆਉਣ ਲੱਗੇ ਕਿਹਾ ਜਾ ਰਿਹਾ ਕਿ ਇਨ ਪ੍ਰਦਰਸ਼ਨ ਤੋਂ ਬਾਅਦ ਇਸ ਪ੍ਰਦਰਸ਼ਨ ਤੋਂ ਬਾਅਦ ਇਸ ਰਿਜ਼ਲਟ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਹ ਆਪਣੇ ਪ੍ਰਧਾਨਗੀ ਦੇ ਅਹੁਦੇ ਦੇ ਵਿੱਚ ਬਦਲਾਵ ਕਰ ਸਕਦੀ ਹੈ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਅਸਤੀਫਾ ਦੇ ਸਕਦੇ ਨੇ ਬਲਵਿੰਦਰ ਸਿੰਘ ਭੁੰਦੜ ਜਿਹੜੇ ਨੇ ਉਹਨਾਂ ਨੂੰ ਪ੍ਰਧਾਨ ਲਾਇਆ ਜਾ ਸਕਦਾ ਹੈ ਜਿਹਨੂੰ ਮਰਜ਼ੀ ਲੈ ਆਣ ਉਹਨਾਂ ਦਾ ਕੰਮ ਤੇ ਓਵਰ ਹੋ ਜਾਊ ਤੁਸੀਂ ਮੇਰੀ ਗੱਲ ਸਮਝਦੇ ਹੋ ਸ਼੍ਰੋਮਣੀ ਅਕਾਲੀ ਦਲ ਵੀ ਦੋ ਹੋ ਗਏ ਨੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਉਹਨੂੰ ਲੋਕਾਂ ਨੇ ਉਹਨਾਂ ਦੇ ਅੱਖ 'ਚ ਮੋਹਰ ਲਾ ਦਿੱਤੀ SCPC ਵੀ ਆਉਂਦੇ ਟਾਈਮ ਦੇ ਵਿੱਚ ਇਹਨਾਂ ਲੋਕਾਂ ਦੇ ਕਬਜ਼ੇ 'ਚ ਆਉਣੀ ਬਾਦਲਾਂ ਦਾ ਕੰਮ ਓਵਰ ਹੋ ਗਿਆ ਰਿਜੈਕਟਿਡ ਐਂਡ ਡਸਟਿਡ ਓਵਰ ਕਰਤੇ ਨਿਬੇੜ ਦਿੱਤਾ ਕੰਮ ਉਹਨਾਂ ਦਾ ਸੋ ਇਹ ਨਵੇਂ ਸਿਰੋਂ ਪਾਰਟੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਆਉਣੀਆਂ ਇਹ ਐਬਰੇਸ਼ਨ ਸੀ ਐਬਰੇਸ਼ਨ ਕਹੀਦਾ ਕਿ ਲੋਕਾਂ ਨੂੰ ਧੋਖਾ ਦੇ ਕੇ ਜਿਸ ਤਰ੍ਹਾਂ ਬੈਰੂਪੀਏ ਬਾਹਰੋਂ ਆਉਂਦੇ ਨੇ ਰਾਜਸਥਾਨ ਤੋਂ ਬੈਰੂਪੀ ਆਉਂਦੇ ਨੇ ਕਈ ਵਾਰ ਅਸਾਂ ਸਹੀ ਮਾਇਨੇ 'ਚ ਹੀ ਉਹਨਾਂ ਨੂੰ ਥਾਣੇਦਾਰ ਸਮਝ ਲਈਦਾ।